ਕੀ ਹਾਲ ਹੈ? ਠੀਕ ਹੋ? ਠੀਕ ਆ। ਬੱਚੀ ਕਿੱਥੇ? ਬੱਚੀ 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 ਦੇ ਦਿਓ, ਕਿਤੇ ਮੈਂ ਤੁਹਾਡੇ ਵਿੱਚੋਂ ਕਿਸੇ ਦੇ ਛੋਡੇ ਹੀ ਨਾ ਲਾ ਦੇ। ਬੱਚੀ ਦੇ ਦਿਓ। ਕੁੜੀ ਨੂੰ ਤੇ ਅੱਗ ਲੱਗੀ ਹੋਣੀ ਹੈ। ਬੱਚੀ ਦੇ ਦਿਓ। ਓਏ ਸਬਰ ਕਰ, ਸੱਚੀ ਜੀ ਬੈਠ ਜੀ ਬੈਠ ਜੀ ਬੈਠ। ਜਿਹੜੇ ਐ ਸਨ ਡਿੱਗ ਪਏ ਨੇ, ਟੈਨਸ਼ਨ ਤੇ ਲੈਣੀ ਨਹੀਂ। ਪਰੇਸ਼ਾਨ ਨਹੀਂ ਹੋਣਾ ਤੁਸੀਂ, ਬੱਚੀ ਬਸ ਮੈਨੂੰ ਦੇ ਦਿਓ। ਤੁਹਾਡੇ ਬਾਪ ਜੀ ਦਾ ਕਾਰੋਬਾਰ ਪੁੱਛੋ। ਇਹ ਕਾਰੋਬਾਰ ਕੀ ਕਰਨਾ ਹੈ? ਸ਼ੂਗਰ ਦਾ ਬਿਜ਼ਨਸ ਹੈ। ਸ਼ੂਗਰ ਦਾ ਦਰਖਤਾਂ ਤੋਂ ਸ਼ਹਿਦ ਲੱਗਦਾ ਹੈ। ਮਤਲਬ ਟੈਨਸ਼ਨ ਤਾਂ ਲੈਣੀ ਹੀ ਨਹੀਂ ਨਾ ਤੁਸੀਂ, ਯਕੀਨ ਕਰੋ। ਜੋ ਵੀ ਇਹ ਸਾਡਾ ਕਬੂਲ ਹੈ, ਸਾਡੀ ਭੈਣ ਫੜਦੇ ਨਿਕਲਣ ਦੀ ਉਹ। ਅੱਲਾ ਤੁਹਾਡੀ ਖੈਰ ਕਰੇ, ਕਿੱਥੇ ਬੈਠ ਦਿੱਤੇ? ਮੈਂ ਲੈ ਗਿਆ ਕਿ ਅਜਿਹੀ ਆ ਕਿੱਥੇ ਗਈ ਬੈਠ, ਕਿੱਥੇ ਤੁਹਾਡੀ? ਅੱਛਾ ਕਿੱਥੇ ਗਈ? ਅੰਨੀ ਜੰਮਣੀ ਕਿਤੇ ਡੇਢ ਡੇਸ ਤੇ ਨਹੀਂ ਵਾੜੀ ਹੋਈ। ਗਰਦ ਵਿੱਚ ਮੈਂ ਜਿੰਨੀ ਜਲਦੀ ਉਂਝ ਚੱਲੋ, ਅੱਲਾ ਬਖਸ਼ਣ ਵਾਲਾ। ਸੋਹਣਾ ਨਿਕਾਹ ਖਾਂ ਲੈਣ, ਹੁਣ ਮੇਰਾ ਦਿਲ ਕਰ ਰਿਹਾ ਇਹਨੂੰ ਵੀ ਲੈ ਜਾਵਾਂ, ਇਹਨੂੰ ਵੀ ਲੈ ਜਾਵਾਂ। ਏਡਾ ਸੋਹਣਾ ਨਿਕਾਹ ਖਾਂ, ਮੈਨੂੰ ਜੇਜ ਨਹੀਂ ਚਾਹੀਦਾ ਬਸ। ਅੱਛਾ ਜੀ, ਮੈਨੂੰ ਸਿਰਫ 100 ਰੁਪਏ ਦਾ ਇਹਦੀ ਲੋੜ ਕਰਾ ਦੇ। ਬਸ ਯਾਰ, ਜਦੋਂ ਕੰਮ ਚ ਕਰਨਾ ਤੇ ਨਾ ਕਾਜੀ ਪੱਚੀ ਇੱਕੋ ਹੀ ਦੇਣੀ। ਮੈਂ ਤਾਂ ਕਹਿੰਦਾ 2 ਦੇ ਦੇ, ਵਾਧੂ ਪਈ ਘਰ ਸ਼ਾਇਦ ਚੰਗੀ ਹੁੰਦੀ ਹੈ। ਲੋ ਇੱਕੋ ਹੀ ਦੇਣੇ ਲਈ ਕਾਫੀ ਹੈ। ਅੱਛਾ ਜੀ, ਜਲਦੀ ਕਰ ਜਲਦੀ। ਅੱਛਾ ਮੇਰੀ ਗੱਲ ਸੁਣੋ ਜੀ, ਸੁਣ ਲਈ। ਮੁੰਡੇ ਦਾ ਨਾਂ ਕੀ ਹੈ? ਮੁੰਡਾ ਤੇ ਨਹੀਂ ਜੰਮਣਾ। ਉਹ ਕਹਿੰਦੀ ਤੇਰਾ ਨਾਂ, ਤੇਰਾ ਨਾਂ। ਮੈਂ ਮੁੰਡਾ? ਤੂੰ ਮੁੰਡਾ, ਲਾੜਾ ਸਾਡਾ। ਇੱਕ ਕਹੋ ਜਾਂ ਮੁੰਡਾ ਕਹੋ ਜਾਂ ਲਾੜਾ ਕਹੋ, ਇਹ ਨਹੀਂ। ਲਾੜਾ ਲਾੜਾ ਲਿਖੋ ਜੀ ਮੇਰਾ ਨਾਂ। ਲਾੜੇ ਦਾ ਨਾਂ ਚੌਧਰੀ ਲੋਂਡ, ਨਿੱਕੀ ਜੀ ਲੱਤਾਂ ਹੇਠਾਂ ਕਰਦੇ ਚੌਧਰੀ ਹੋ ਜਾਏਗਾ। ਜੋ ਕਹਿੰਦਾ ਮੰਨੀ ਜਾ ਬਸ। ਲੁੰਡ 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 ਕਿਵੇਂ ਲਿਖੇਗਾ? ਕਿਵੇਂ ਲਿਖਦਾ ਜੀ? ਲੰਮੇ ਪੈ ਗਏ ਲੁੰਡ ਲਿਖੋ। ਉਹ ਮੇਰੀ ਗੱਲ ਲਾਮਲ ਫਲਾ, ਲਾਮਲ ਫਲਾ ਨਾਲ ਲਾ, ਲਾਮਲ ਫਲਾ ਨੂਨ ਗੁੰਨਾ, ਨੂਨ ਗੁੰਨਾ, ਨੂਨ ਗੁੰਨਾ, ਨੂਨ ਗੁੰਨਾ, ਤੂੰ ਬੜਾ ਗੁੰਨਾ। ਚੌਧਰੀ ਚੌਧਰੀ ਬਸ਼ੀਰ 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 ਲਿਖ ਲਿਖ ਲਿਆ ਕਦ ਨਾਲ ਲਿਖਿਆ? ਦਾਲ ਨਾਲ ਲਿਖਿਆ, ਦਾਲ ਨਾਲ ਬਸ਼ੀਰ ਲਿਖਿਆ ਸਰ। ਤਾਰ ਫਿਰੇ ਮੂੰਹ ਹੈ ਬਸ਼ੀਰ ਫੇਰ ਹੁੰਦਾ, ਫੇਰ ਫੇਰ ਬਲਕਿ ਪੇਨ ਹੁੰਦਾ, ਪੇਨ ਪੇਨ ਪਾ ਪੇਨ ਪਾ। ਮੈਂ ਪੈਸਾ ਕੋਈ ਨੀ ਦੇਣਾ, ਮੇਰੀ ਗੱਲ ਸੁਣੋ। ਪਰ ਨਿਕਾਹ ਦੇ ਪੈਸੇ ਮੈਂ ਦਾਂ, ਨਿਕਾਹ ਪੁਰਾਣਾ ਹੈ, ਪੁਲਵਾਨ ਦੀ ਆਇਆ। ਲਿਖੋ ਜੀ ਲਿਖੋ ਜਲਦੀ ਕਰੋ। ਅੱਛਾ ਜੀ, ਪੇਨ ਪਾ ਜੀ, ਓਕੇ ਹੋ ਗਿਆ ਨਾਂ ਲਿਖੇ। ਅੱਛਾ ਕੁੜੀ ਦਾ ਨਾਂ ਕੀ ਹੈ ਜੀ?
ਕੁੜੀ ਦਾ ਨਾਂ ਜੀ ਚੌਧਰੀ ਗੁਲਾਮ ਕੌਸਰ ਬਿੱਲਾ। ਇਹ ਪੂਰਾ ਨਾਮ ਹੈ ਸਰ, ਪੂਰਾ। ਇੰਨਾ ਤੇ ਮੇਰੇ ਕੋਲੋਂ ਲਿਆ ਹੀ ਨਹੀਂ ਜਾਣਾ ਜੀ, ਅੱਧਾ ਦਿਓ ਮੈਨੂੰ। ਬਿੱਲਾ ਬਿੱਲਾ ਜੀ, ਸਾਡੀ ਕੌਮ ਦੀ ਹੋਲੀ ਹੋਲੀ ਬਿੱਲਾ ਬਿੱਲਾ ਗੁਲਾਮ ਕੌਸਰ ਬਿੱਲਾ ਬਿਲਬਾ ਬਿਲਬਾ ਅੱਗੇ ਮਿਊ ਲਿਖ ਦੇ। ਕੁੜੀ ਦੇ ਭਰਾ ਦਾ ਨਾਂ ਬਿੱਲੂ ਮੋਰੀ। ਉਮਰ ਕਿੰਨੀ ਹੈ? 18 ਸਾਲ। ਮੋਰੀ ਲਿਖੋ ਜੀ, ਜ਼ਿਆਦਾ ਦੱਸਦਾ ਤਾਂ ਮੋਰਾ ਆਉਣਾ ਸੀ ਨਾ ਜੀ। ਸਬਜ਼ਾ ਸਾਹਿਬ ਜਾਣਾ ਹੁੰਦਾ। ਕੁੜੀ ਦੇ ਭਰਾ ਦਾ ਨਾਂ? ਕੁੜੀ ਦੇ ਭਰਾ ਦਾ ਨਾਂ ਫਿਰ ਮੇਰਾ ਹੀ ਲਿਖੋ, ਬੰਦੇ ਹੀ ਘੱਟ ਨੇ। ਹੈਲੋ ਉਹ ਜਨਾਬ, ਜਲਦੀ ਕਰਾ। ਅੱਛਾ ਮੇਰੀ ਗੱਲ ਸੁਣੋ, ਗੁਲਾਮ ਕੌਸਰ ਬਿੱਲਾ ਤੁਹਾਡੇ ਨਿਕਾਸ ਕੀਤੀ ਜਾਂਦੀ ਹੈ, ਤੁਹਾਨੂੰ ਕਬੂਲ ਹੈ? ਕਬੂਲ ਹੈ। ਤੁਹਾਨੂੰ ਕਬੂਲ ਹੈ? ਕਬੂਲ ਹੈ। ਤੁਹਾਨੂੰ ਕਬੂਲ ਹੈ? ਮੇਰੇ ਤੇ ਬੇਤ ਬਾਰੀ ਹੈ, ਤੈਨੂੰ ਕੀ ਮਸਲਾ ਨਹੀਂ? ਮੁਬਾਰਕ। ਦੂਸਰੀ ਦਾ ਨਾ ਪਰੇਸ਼ਾਨ ਹੋ, ਧੀਆਂ ਦੇ ਤਨ ਭਰਾ। ਕਦੀ ਜ਼ਿੰਦਗੀ ਚ ਮੈਂ ਤੁਹਾਨੂੰ ਬੁਰਾ ਭਲਾ ਆਖਿਆ ਹੋਵੇ? ਨਹੀਂ ਮਾਂ ਭੈਣ ਦੀ ਗਾਲ ਨਹੀਂ, ਦਰਵਾਜ਼ੇ ਕੇ ਖਲੋ ਕੇ ਕਿਹਾ ਹੋਵੇ ਕੰਜਰੀ ਹੋਵੇ ਕੰਜਰੀ ਹੋਵੇ, ਨਹੀਂ ਐ ਕੀ ਕੀਤਾ ਜੀ? ਤੁਸੀਂ ਉਂਝ ਇਨਕਾਰ ਕਰ ਦਿੰਦੇ, ਮੈਂ ਤੁਹਾਨੂੰ ਕੁਛ ਕਹਿ ਦੇਣਾ ਸੀ। ਓਏ ਹੋਇਆ ਕੀ ਹੈ? ਇਹ ਤਾਂ ਦੁੱਖ ਹੈ ਕਿ ਹੋਇਆ ਹੀ ਕੁਛ ਨਹੀਂ ਹੈ। ਓਏ ਜੋ ਤੇਰਾ ਮੁਕੱਦਰ ਸੀ ਤੈਨੂੰ ਦੇ ਦਿੱਤਾ ਸੀ। ਇਹ ਮੁਕੱਦਰ ਜ਼ਿਆਦਾ ਹੀ ਦੇ ਦਿੱਤਾ ਜੀ ਮੈਨੂੰ ਜੀ। ਓ ਬੋਦੀ ਗੱਲ ਨਾ ਕਰ, ਨਹੀਂ ਮੈਂ ਸ਼ਾਮਾਂ ਪਾ ਦੇਵਾਂਗੀ। ਤੇ ਮੇਰੇ ਤੇ ਜਿਹੜੀ ਦੁਪਹਿਰ ਪਾਈ ਉਹਦਾ ਕੌਣ ਜ਼ਿੰਮੇਵਾਰ ਹੈ? ਆਪ ਸ਼ਾਮਾਂ ਪਾ ਰਹੀ ਹੈ, ਸਾਨੂੰ ਦੁਪਹਿਰ ਦੇ ਰਹੀ ਹੈ। ਓ ਬੋਦਾ ਰੋਣਾ ਨਾ ਪਾ, ਤੇ ਸਕੂਨ ਦਾ ਦੱਸ ਹੋਇਆ ਕੀ ਹੈ? ਇਹਨੂੰ ਮੈਂ ਆਪਣੇ ਘਰ ਲੈ ਕੇ ਗਿਆ। ਅੱਛਾ। ਸੇਜ ਤੇ ਪਾਇਆ। ਅੱਛਾ। ਦੁੱਧ ਪੀਤਾ। ਅੱਛਾ। ਇਹਨੂੰ ਮੈਂ ਕਿਹਾ ਸਿੱਧੀ ਹੋ, ਤੇ ਉਹ ਮੈਨੂੰ ਕਹਿੰਦਾ ਤੂੰ ਹੋ। ਮੈਨੂੰ ਇਹ ਨਹੀਂ ਚਾਹੀਦੀ, ਇਹ ਰੱਖ ਅੰਮੀ ਭੇਜ ਦੇ ਮੈਂ। ਮੇਰੀ ਸਾਰੀ ਜ਼ਿੰਦਗੀ ਇੰਜ ਹੀ ਲੱਗੇ। ਤੈਨੂੰ ਇਹਨੂੰ ਕਬੂਲ ਕਰਨਾ ਹੀ ਪੈਣਾ। ਉਹ ਮੈਂ ਤੇ ਕਬੂਲ ਕਰ ਲਾਂਗਾ, ਪਰ ਨਹੀਂ ਅੰਦਰ ਦੀ ਗੱਲ ਹੈ, ਕੋਈ ਦੱਸਦਾ ਕਿਉਂ ਨਹੀਂ? ਮੇਰੇ ਕੋਲ ਇੰਨੀ ਜਗ੍ਹਾ ਹੀ ਨਹੀਂ, ਮੈਂ ਕੀ ਦੱਸਾਂ ਤੈਨੂੰ। ਆਹ ਕੀ ਮਾਂ ਬਦਮਾਸ਼, ਆਹ ਸਾਡਾ ਭਰਾ ਬਦਮਾਸ਼। ਤੁਹਾਡੀ ਧੀ ਵੀ ਉਹੋ ਜਿਹੀ ਹੋਣੀ ਆ। ਭਗਵਾਨ ਕਿਹਦਾ ਕੀ ਧੀ ਆ? ਇਹਦੇ ਨਾਲ ਵਿਆਹ ਹੋਣਾ ਮੇਰਾ। ਕੀ ਹੈ? ਓਏ ਲੋਕਾਂ ਨੂੰ ਟੂਟੀ ਫਰੂਟੀ, ਸਾਨੂੰ ਕੀ ਲਿਆ ਗੋ? ਬਹੁਤ ਅੱਛੇ ਬਹੁਤ ਅੱਛੇ। ਤੇਰਾ ਵਿਆਹ ਹੋਣਾ, ਇਹਨੂੰ ਪਸੰਦ ਕਰ ਲੈ। ਬਹੁਤ ਮਜ਼ਾ ਆਏਗਾ। ਮੈਨੂੰ ਵੀ ਲੱਗਾ ਮੈਂ ਕਿਤੇ ਗਿਆ। ਜਿਵੇਂ ਤੂੰ ਕੀਤਾ ਨਾ ਇੰਜ ਹੀ ਹੋਣਾ ਹੀ, ਬੇਫਿਕਰ ਹੋ ਜਾ। ਇਹ ਭਾਈ ਮੇਰੇ ਵਿਆਹ ਦੀ ਕੋਈ ਕਾਉਂਟਰੀ ਜੀ ਕਰ ਰਿਹਾ। ਇਹ ਨੈਪੀ ਗੱਲ ਓਏ, ਇਹ ਤੈਨੂੰ ਗੱਲ ਕੀ ਹੈ ਵਿੱਚੋਂ? ਮਤਲਬ ਹੈ ਕੀ ਮਸਲਾ? ਓ ਕੋਈ ਗੱਲ ਨਹੀਂ, ਤੂੰ ਗੱਲ ਕਰ, ਪਾਗਲ ਹੈ। ਇਹ ਤਾਂ ਪਾਗਲ ਹੈਗਾ, ਤੁਸੀਂ ਜੀ ਆਪਣੀ ਗੱਲ ਤੈਅ ਕਰੀਏ। ਮੈਂ ਕਿਹਾ ਜੋ ਕਰਨ ਲਈ ਤੁਹਾਡਾ ਆਖਰੀ ਫੈਸਲਾ ਹੈ? ਇਹ ਤੇ ਹਜੇ ਪਹਿਲਾ ਫੈਸਲਾ ਹੈ, ਆਖਰੀ ਫੈਸਲਾ ਤੇ ਅੱਗੇ ਜਾ ਕੇ ਹੋਣਾ। ਲੈ ਲੈ ਜਿੰਨੇ ਮਜ਼ੇ ਲੈਣੇ ਨੇ, ਤੈਨੂੰ ਉਦੋਂ ਪਤਾ ਲੱਗੇਗਾ ਜਦੋਂ ਤੇਰੀ ਖਾਲੀ ਜਗ੍ਹਾ ਪੋਰ ਵਾਲੀ ਤੈਨੂੰ ਲੱਗ ਪਵੇ। ਬਾਤ ਮੈਂ ਕਹਿੰਦਾ ਰਹਿ ਨੀ ਦੇਖੀ, ਡਾਇਰੈਕਟ ਵਿਆਹ ਹੀ ਕਰਨੇ ਆ। ਵਿਆਹ ਦਾ ਟਾਈਮ ਮਤਲਬ ਹੈ ਨੀ, ਮੂੰਹ ਵਿਖਾਈ ਕੀ ਲਵੋਗੇ? 2 ਲੱਖ ਰੁਪਇਆ। ਤੂੰ ਮੈਨੂੰ ਮੂੰਹ ਨਾ ਵਿਖਾਈ, ਮੂੰਹ ਤੇਰਾ ਮੈਂ ਵੇਖ ਲਿਆ, ਅੰਦਾਜ਼ੇ ਨਾਲ ਕੰਮ ਚਲਾ ਲਾਂਗਾ। 2 ਲੱਖ ਰੁਪਏ ਲੈ ਗਏ,
ਮੀਆਂ ਮਨਛੇ ਦਾ ਮੁੰਡਾ ਤੇ ਨਹੀਂ ਚਾਹ ਤੁਸੀਂ ਕਿਹਨੇ ਦਾ ਕਿਹਦਾ ਕਮਾ ਲਿਓ ਮੈਂ ਮਹੀਨੇ ਦਾ ਕਮਾ ਲੈਣਾ ਨਹੀਂ ਬਾਬਾ ਆਪਣਾ ਮਤਲਬ ਉਹਨਾਂ ਕੇ ਕਮਾ ਲਈ ਦਾ ਜਿੱਦ ਨਾਲ ਘਰ ਚੱਲ ਜਾਏ ਅੱਛਾ ਤੇ ਤੁਹਾਨੂੰ ਕੀ ਕੀ ਚਾਹੀਦਾ ਦੱਸੋ ਆ ਹੁਣ ਕੀ ਆ ਜੋ ਇਹਨੂੰ ਚਾਹੀਦਾ ਤੂੰ ਨਹੀਂ ਦੇ ਸਕਣਾ ਤੈਨੂੰ ਜਦੋਂ ਕੂੜੇ ਵਿੱਚ ਪੈਪ ਲੱਭਿਆ ਤੈਨੂੰ ਲੱਗ ਜਾਏਗਾ।